ਸਾਂਝਾ ਅਧਿਆਪਕ ਮੋਰਚਾ ਦਾ ਜਿਹੜਾ ਮਰਨ ਵਰਤ ਹੈ ਉਹ ਫਿਲਹਾਲ ਖਤਮ ਹੋ ਚੁੱਕਿਆ। ਜਿਹੜਾ ਇਹ ਮਰਨ ਵਰਤ ਤੇ ਦੋ ਜਥੇਬੰਦੀਆਂ ਬੈਠੀਆਂ ਸਨ, ਰਮਸਾ ਤੇ ਆਦਰਸ਼। ਡਾਕਟਰ ਅੰਮ੍ਰਿਤ ਦੀ ਅਗਵਾਈ ਦੇ ਵਿੱਚ ਜਿਹੜਾ ਆਦਰਸ਼ ਯੂਨੀਅਨ ਦਾ ਜਿਹੜਾ ਮਰਨ ਵਰਤ ਖਤਮ ਕੀਤਾ ਗਿਆ। ਸਾਡੇ ਨਾਲ ਮੌਜੂਦ ਨੇ ਡਾਕਟਰ ਅੰਮ੍ਰਿਤ ਜੀ, ਕੀ ਕਾਰਨ ਰਿਹਾ ਕਿ ਤੁਸੀਂ ਤੁਹਾਨੂੰ ਮਰਨ ਵਰਤ ਖਤਮ ਕਰਨਾ ਪਿਆ ਆਪਣਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਸ ਚੈਨਲ ਰਾਹੀਂ ਕਲੀਅਰ ਕਰਨਾ ਚਾਹੁੰਦਾ ਕਿ ਇੱਥੇ ਜਿਹੜਾ ਸਾਂਝਾ ਅਧਿਆਪਕ ਮੋਰਚੇ ਵੱਲੋਂ ਪੱਕਾ ਧਰਨਾ ਲਗਾਇਆ ਗਿਆ ਸੀ, ਉਹ ਬਿਲਕੁਲ ਜਾਰੀ ਆ। ਉਹ ਕਿਸੇ ਹਾਲਾਤ 'ਚ ਅਸੀਂ ਪਿੱਛੇ ਨਹੀਂ ਹਟ ਰਹੇ। ਇਸ ਵਧਵੇਂ ਐਕਸ਼ਨ ਵਜੋਂ ਅਸੀਂ SSA ਰਮਸਾ ਅਤੇ ਮਾਡਲ ਆਦਰਸ਼ ਯੂਨੀਅਨ ਵੱਲੋਂ ਇੱਕ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ, ਪਰ ਪੰਜਾਬ ਸਰਕਾਰ ਵੱਲੋਂ 19 ਦਿਨ ਬੀਤਣ ਦੇ ਬਾਅਦ ਵੀ ਇਹਨਾਂ ਮਰਜੀਵੜੇ ਸਾਥੀਆਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਅਸੀਂ ਸਮਝਦੇ ਹਾਂ ਜਿੱਥੇ ਪੰਜਾਬ ਦੀ ਕਿਸਾਨੀ ਮਰ ਰਹੀ ਆ, ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ, ਅੰਮ੍ਰਿਤਸਰ 'ਚ ਸੈਂਕੜਿਆਂ ਦੀਆਂ ਮੌਤਾਂ ਦੇ ਬਾਅਦ ਸਰਕਾਰ ਲਾਠੀ ਚਾਰਜ ਕਰ ਰਹੀ ਆ, ਤਾਂ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਦੀਆਂ, ਇੱਥੋਂ ਦੀਆਂ ਲੋਕਾਂ ਦੀਆਂ ਜਾਨਾਂ ਦੀ ਕੋਈ ਕੀਮਤ ਨਹੀਂ। ਅਸਲੀ ਹੁਣ ਸਰਕਾਰ ਦੇ ਨਾਲ ਇੱਕ ਦੁਸ਼ਮਣ ਦਾ ਰਿਸ਼ਤਾ ਸਮਝਦੇ ਹਾਂ, ਕਿਉਂਕਿ ਜਦੋਂ ਸਰਕਾਰ ਸਾਨੂੰ ਮਾਰਨ 'ਤੇ ਆਈ ਹੋਈ ਆ। ਇਸ ਵਜੋਂ ਹੁਣ ਅਸੀਂ ਅਗਲੇ ਸੰਘਰਸ਼ ਵਿੱਚ ਜਾ ਰਹੇ ਹਾਂ, ਜਿਸ ਵਿੱਚ ਅਸੀਂ ਵਾਪਸ ਪਿੰਡਾਂ ਵਿੱਚ ਜਾ ਕੇ ਜਿਹੜੇ ਭਰਾਤਰੀ ਮਜ਼ਦੂਰ ਕਿਸਾਨ 21 ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਸੀ, ਉਹਨਾਂ ਨੂੰ ਲੈ ਕੇ ਅਸੀਂ ਪੰਜਾਬ ਵਿੱਚ ਰੋਸ ਮੁਜ਼ਾਹਰੇ ਧਰਨਿਆਂ ਦਾ ਇੱਕ ਦੌਰ ਸ਼ੁਰੂ ਕਰਨ ਜਾ ਰਹੇ ਹਾਂ, ਅਤੇ ਇੱਕ ਸੈਂਕੜਿਆਂ ਦੀ ਗਿਣਤੀ ਵਿੱਚ ਜੇਲ੍ਹ ਭਰੋ ਅੰਦੋਲਨ ਵੱਲ ਅਸੀਂ ਤੁਰਨ ਜਾ ਰਹੇ ਹਾਂ। ਜਿਹੜੀ 23 ਤਰੀਕ ਨੂੰ ਚੀਫ ਪ੍ਰਿੰਸੀਪਲ ਨਾਲ ਤੁਹਾਡੀ ਅਧਿਆਪਕਾਂ ਦੀ ਮੀਟਿੰਗ ਹੋਈ ਆ, ਉਸ ਦੇ ਵਿੱਚ ਕੋਈ ਅਧਿਆਪਕ ਪੱਖੀ ਫੈਸਲਾ ਨਹੀਂ ਆਇਆ, ਪਰ ਇਹ ਧਰਨਾ ਖਤਮ ਕਰਨਾ, ਭੁੱਖ ਹੜਤਾਲ ਖਤਮ ਕਰਨੀ, ਕੀ ਕੋਈ ਪੋਲੀਟੀਕਲ ਪ੍ਰੈਸ਼ਰ ਰਿਹਾ ਇਹਦੇ ਪਿੱਛੇ? 23 ਤਰੀਕ ਦੀ ਮੀਟਿੰਗ ਵਿੱਚ ਜੋ ਪ੍ਰਿੰਸੀਪਲ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਜੀ ਨਾਲ ਹੋਈ, ਉਸ ਵਿੱਚ ਅਸੀਂ ਸਾਰੀਆਂ ਗੱਲਾਂ ਰੱਖੀਆਂ ਗਈਆਂ। ਉਹਨਾਂ ਵੱਲੋਂ ਆਪਦੇ ਅਧਿਕਾਰ ਖੇਤਰ ਤੋਂ ਬਾਹਰ ਹੋਣ ਕਾਰਨ ਮੁੱਖ ਮੰਤਰੀ ਪੰਜਾਬ ਨਾਲ 5 ਤਰੀਕ ਦੀ ਮੀਟਿੰਗ ਤੈਅ ਕਰਵਾਈ ਗਈ। ਸਾਡੇ ਜੋ ਫੈਸਲੇ ਸੀ ਉਹ ਜਥੇਬੰਦੀ ਦੇ ਨਿੱਜੀ ਤੌਰ 'ਤੇ ਜਥੇਬੰਦੀ ਦੇ ਫੈਸਲੇ ਨੇ। ਅਸੀਂ ਸਮਝਦੇ ਹਾਂ ਕਿ ਇਸ ਲੜਾਈ ਨੂੰ ਹੁਣ ਅਗਲੇ ਦੌਰ 'ਚ ਲਿਜਾਣ ਦੀ ਲੋੜ ਆ। ਸਰਕਾਰ ਨੂੰ ਜਦੋਂ ਇੱਥੋਂ ਜਾਨਾਂ ਦੀ ਕੀਮਤ ਨਹੀਂ, ਤਾਂ ਸਰਕਾਰ ਤੋਂ ਅਸੀਂ ਤਿਲ ਤਿਲ ਮਰਨ ਦੀ ਜਗ੍ਹਾ ਸਰਕਾਰ ਦੇ ਖਿਲਾਫ ਜੇਲ੍ਹਾਂ ਭਰਨ ਦੀ, ਇਸ ਲੋਕ ਲੜਾਈ ਨੂੰ ਅੱਗੇ ਵਧਾਉਣ ਦੀ ਗੱਲ ਨੂੰ ਸਮਝਦੇ ਹਾਂ, ਕਿਉਂਕਿ ਸਰਕਾਰ ਨੂੰ ਉਸ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੀ ਚੁਣੀ ਹੋਈ ਆ, ਉਹ ਪੰਜਾਬ ਦੇ ਲੋਕ ਹੀ ਉਹਨੂੰ ਸੁੱਟ ਕੇ ਇਹ ਸਾਡੀਆਂ ਮੰਗਾਂ ਨੂੰ ਮਨਵਾਉਣਗੇ। ਤੁਹਾਡਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਫਿਕਸ ਹੋਈ ਆ, ਉਸ ਤੋਂ ਬਾਅਦ ਵੀ ਧਰਨਾ ਖਤਮ ਕੀਤਾ ਜਾ ਸਕਦਾ ਸੀ? ਜਿਵੇਂ 19 ਦਿਨ ਤੋਂ ਲਗਾਤਾਰ ਤੁਹਾਡਾ ਧਰਨਾ ਚੱਲ ਰਿਹਾ ਸੀ, ਉਸ ਤੋਂ ਬਾਅਦ ਵੀ ਕੀਤਾ ਜਾ ਸਕਦਾ ਸੀ? ਮੈਂ ਤੁਹਾਨੂੰ ਫਿਰ ਇਹ ਗੱਲ ਚੈਨਲ ਰਾਹੀਂ ਕਲੀਅਰ ਕਰਦਾ ਕਿ ਧਰਨਾ ਸਾਡਾ ਸਮਾਪਤ ਨਹੀਂ ਕੀਤਾ ਗਿਆ। ਸਾਂਝਾ ਅਧਿਆਪਕ ਮੋਰਚੇ ਦਾ ਧਰਨਾ ਲਗਾਤਾਰ ਜਾਰੀ ਆ। ਇੱਥੇ ਪਟਿਆਲੇ ਵਿੱਚ ਸਾਂਝਾ ਅਧਿਆਪਕ ਮੋਰਚੇ ਦੀਆਂ ਗਤੀਵਿਧੀਆਂ ਜਾਰੀ ਨੇ। ਸਾਡੀ ਜੋ ਮਰਨ ਵਰਤੇ ਸਾਥੀ ਬੈਠੇ ਸੀ, ਉਹ 'ਚ ਵੱਡਾ ਹਿੱਸਾ ਲੀਡਰਸ਼ਿਪ ਦਾ ਬੈਠਾ ਸੀ। ਉਹ ਲੀਡਰਸ਼ਿਪ ਹੁਣ ਵਾਪਸ ਪਿੰਡਾਂ 'ਚ ਜਾ ਕੇ, ਸ਼ਹਿਰਾਂ 'ਚ ਜਾ ਕੇ, ਸਕੂਲਾਂ 'ਚ ਜਾ ਕੇ, ਘਰ ਘਰ ਜਾ ਕੇ ਇਸ ਸਰਕਾਰ ਦੇ ਜਾਬਰ ਚਿਹਰੇ ਨੂੰ ਨੰਗਾ ਕਰੂਗੀ। ਅਤੇ ਜੇ ਉਹ ਅੰਦੋਲਨ ਸਾਡਾ 21 ਨੂੰ ਹੋਇਆ, ਆਉਣ ਵਾਲੇ ਸਮੇਂ 'ਚ ਇਸ ਅੰਦੋਲਨ ਨੂੰ ਅਸੀਂ ਉਸ ਤੋਂ ਦੁੱਗਣਾ ਚੌਣਾ ਕਰਕੇ ਜੇਲ੍ਹ ਭਰੋ ਅੰਦੋਲਨ ਵੱਲ ਵੀ ਅਤੇ ਹੋਰ ਤਿੱਖੇ ਸੰਘਰਸ਼ਾਂ ਵੱਲ ਵੀ ਲੈ ਕੇ ਜਾਵਾਂਗੇ। ਪ੍ਰੋਟੈਸਟ ਜਾਰੀ ਰਹੇਗਾ ਜਦ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ? ਬਿਲਕੁਲ ਜੀ, ਸਾਡਾ ਪ੍ਰੋਟੈਸਟ ਸਾਂਝਾ ਅਧਿਆਪਕ ਮੋਰਚੇ ਦੀ ਮੰਗ ਪੱਤਰ ਵਿੱਚ ਦਰਜ ਇਕੱਲੀ ਇਕੱਲੀ ਮੰਗ ਮੰਨੇ ਜਾਣ ਤੱਕ ਜਾਰੀ ਰਹੂਗਾ, ਅਤੇ ਇਹ ਮੋਰਚਾ ਇੱਥੇ ਹੀ ਚੱਲਦਾ ਰਹੇਗਾ, ਅਤੇ ਇਸੇ ਕੇਂਦਰ ਤੋਂ ਅਸੀਂ ਪੂਰੇ ਪੰਜਾਬ ਵਿੱਚ ਇਸ ਅੰਦੋਲਨ ਨੂੰ ਚਲਾਵਾਂਗੇ। ਸੋ ਇਹ ਸਨ ਡਾਕਟਰ ਅੰਮ੍ਰਿਤ, ਜਿਵੇਂ ਉਹਨਾਂ ਨੇ ਦੱਸਿਆ ਕਿ ਫਿਲਹਾਲ ਜਿਹੜਾ ਹੈਗਾ ਮਰਨ ਵਰਤ ਤੇ ਦੋ ਜਥੇਬੰਦੀਆਂ ਵੱਲੋਂ ਜਿਹੜਾ ਮਰਨ ਵਰਤ ਹੈ ਖਤਮ ਕਰ ਦਿੱਤਾ ਗਿਆ ਹੈ, ਪਰ ਇਹਨਾਂ ਦਾ ਜਿਹੜਾ ਪ੍ਰੋਟੈਸਟ ਹੈ, ਜਿਹੜਾ ਧਰਨਾ ਹੈ, ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਸਰਕਾਰਾਂ ਇਹਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀਆਂ। ਅਮਨਦੀਪ ਸਿੰਘ, ਅਜੀਤ ਵੈਬ TV, ਪਟਿਆਲਾ।